ਹਾਂ ਵੀ ਟਾਇਰ ਕੱਢਿਓ ਕਿਹੜਾ ਮਿਲਦਾ ਡਾ ਦੱਸਦਾ ਹੈ ਨੀ ਨਾਲੇ ਕਹਿੰਦਾ ਹੁਣ ਪੁੱਛੋ ਗੱਲ ਇਹੀ ਕਰਦੇ ਵੀ ਕਿਹਕੋ ਸਮਾਨ ਲੈ ਗਿਆ ਉਹ ਤੁਹਾਡਾ ਹਾਲ ਹੋਇਆ ਸਾਰੀ ਸ਼ਰਮ ਵਾਲੀ ਗੱਲ ਪਿੰਡ ਕਿਹੜਾ ਤੁਹਾਡਾ ਹੈ ਕਿਹੜਾ ਹੁਣ ਹੋਰ ਕਹਿੰਦਾ ਸੀ ਪਹਿਲਾਂ ਦੱਸਦੇ ਕਿਹੜਾ ਪਿੰਡ ਹੈ ਕੈਟ ਕਿੱਦਾਂ ਹੋ ਗਏ ਹਵਾ ਨਾਲ ਹੀ ਆ ਸਰਿੰਜਾਂ ਜਿਹੜੀਆਂ ਦੋ ਕੋਲ ਪਈਆਂ ਜੀ ਉਹ ਪਾਣੀ ਭਰ ਕੇ ਲਾ ਲਿਆ ਜੀ ਉਹ 'ਚ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਤਿੰਨ ਚੰਗੇ ਭਲੇ ਨੌਜਵਾਨ ਜੋ ਕਿ ਘਰੋਂ ਵੀ ਠੀਕ ਠਾਕ ਦੱਸੇ ਜਾ ਰਹੇ ਨੇ ਪਰ ਮਾੜੀ ਸੰਗਤ ਦੇ ਕਾਰਨ ਨਸ਼ਿਆਂ ਦੇ ਦਲਦਲ 'ਚ ਜਾ ਵੜੇ ਨੇ ਜੀ ਹਾਂ ਹੁਣ ਇਹਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਨਸ਼ੇ ਦੇ ਵਿੱਚ ਬੇਸੁੱਧ ਹੋ ਕੇ ਸੜਕ ਦੇ ਕਿਨਾਰੇ 'ਤੇ ਲਿਟੇ ਹੋਏ ਨੇ ਜੀ ਹਾਂ ਮਾਮਲਾ ਸਾਹਮਣੇ ਆਇਆ ਨਵਾਂ ਸ਼ਹਿਰ ਤੋਂ ਜਿੱਥੇ ਕਿ ਤਿੰਨ ਨੌਜਵਾਨ ਨਸ਼ੇ ਦੇ ਵਿੱਚ ਬੇਸੁੱਧ ਮਿਲੇ ਨੇ ਤਸਵੀਰਾਂ ਹੁਣ ਇਹਨਾਂ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਮੌਕੇ ਦੇ ਉੱਤੇ ਐਂਟੀ ਡਰੱਗ ਕਮੇਟੀ ਦੇ ਮੈਂਬਰ ਪਹੁੰਚੇ ਜਿਨ੍ਹਾਂ ਨੇ ਇਹਨਾਂ ਨੂੰ ਰੈਸਕਿਊ ਕੀਤਾ ਅਤੇ ਸੁਰੱਖਿਅਤ ਥਾਂ ਦੇ ਉੱਤੇ ਲੈ ਕੇ ਗਏ ਕਿਹਾ ਜਾ ਰਿਹਾ ਕਿ ਇਹਨਾਂ ਨੇ ਇੱਕ ਆਟੋ ਦੇ ਵਿੱਚ ਬੈਠ ਕੇ ਨਸ਼ੇ ਦਾ ਟੀਕਾ ਲਗਾਇਆ ਜਿਸ ਤੋਂ ਬਾਅਦ ਇੱਕ ਨੌਜਵਾਨ ਤਾਂ ਬਿਲਕੁਲ ਹੀ ਬੇਸੁੱਧ ਹੋ ਕੇ ਜ਼ਮੀਨ 'ਤੇ ਡਿੱਗ ਗਿਆ ਜਦਕਿ ਦੋ ਨੌਜਵਾਨਾਂ ਨੂੰ ਕੁਝ ਹੋਸ਼ ਸੀ ਪਰ ਉਹਨਾਂ ਦੀਆਂ ਲੱਤਾਂ ਭਾਰ ਨਹੀਂ ਚੱਲ ਪਾ ਰਹੀਆਂ ਸੀ ਤਾਂ ਜਿਸ ਤੋਂ ਬਾਅਦ ਐਂਟੀ ਡਰੱਗ ਕਮੇਟੀ ਦੇ ਮੈਂਬਰਾਂ ਨੇ ਇਹਨਾਂ ਨੂੰ ਰੈਸਕਿਊ ਕੀਤਾ ਉੱਥੇ ਹੀ ਆਪਣੇ ਇਲਾਕੇ ਦੀ ਪੋਲ ਵੀ ਖੋਲ੍ਹੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਸਿਰਫ ਚਾਰ ਘਰ ਹੀ ਅਜਿਹੇ ਨੇ ਜੋ ਸ਼ਰੇਆਮ ਨਸ਼ਾ ਵੇਚ ਰਹੇ ਨੇ ਕਈ ਵਾਰੀ ਪੁਲਿਸ ਨੂੰ ਵੀ ਇਸਦੀ ਸ਼ਿਕਾਇਤ ਦਿੱਤੀ ਗਈ ਪਰ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਾ ਲਿਆਉਣ ਕਾਰਨ ਜੋ ਨੌਜਵਾਨ ਨੇ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਜਾ ਰਹੇ ਨੇ ਹਾਲਾਂਕਿ ਤਸਵੀਰਾਂ ਇਹਨਾਂ ਦੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਤਿੰਨੋਂ ਨੌਜਵਾਨ ਨਸ਼ੇ ਦੇ ਵਿੱਚ ਬੇਸੁੱਧ ਹੋ ਕੇ ਜ਼ਮੀਨ 'ਤੇ ਲਿਟੇ ਹੋਏ ਨੇ ਅਸੀਂ ਇੱਥੇ ਤਿੰਨੇ ਚਾਰੇ ਜਣੇ ਭਰਾ ਅਸੀਂ ਬੈਠੇ ਸੀਗੇ ਖੜ੍ਹੇ ਸੀਗੇ ਅਤੇ ਇੱਥੇ ਉਹਨਾਂ ਨੇ ਟੈਂਪੂ ਦੇ ਵਿੱਚ ਟੀਕਾ ਲਾ ਲਿਆ ਮਤਲਬ ਪਤਾ ਨਹੀਂ ਕਿੱਥੋਂ ਲੈ ਕੇ ਆਏ ਕਿੱਦਾਂ ਲੈ ਕੇ ਆਏ ਆ ਅਤੇ ਬਈ ਮੁੰਡੇ ਵੀ ਮਤਲਬ ਵੱਡੇ ਤਕੜੇ ਘਰਾਣੇ ਵਾਲੇ ਸੀ ਸੋਹਣੇ ਵੀ ਇੰਨੇ ਸੀ ਹੈ ਨਾ ਅਤੇ ਜਦੋਂ ਉਹਨਾਂ ਨੂੰ ਟੀਕਾ ਲਾ ਲਿਆ ਅਤੇ ਅਸੀਂ ਜਦੋਂ ਦੇਖਿਆ ਵੀ ਉਹਨਾਂ ਦੇ ਹਾਲਤ ਸੀਗਾ ਵੀ ਇੱਕ ਤਾਂ ਵੀ ਰਹਿ ਵੀ ਗਿਆ ਬਈ ਮਰੂਗਾ ਜਾਂ ਕੁਛ ਵੀ ਹੈ ਨਾ ਸਾਰੇ ਤਰ੍ਹਾਂ ਦੇਖਿਆ ਫਿਰ ਉਹਨੂੰ ਅਸੀਂ ਰਾਜਾ ਸਾਹਿਬ ਦੇ ਸਾਡੇ 'ਤੇ ਜਗ੍ਹਾ ਸੀ ਉੱਥੇ ਲਿਜਾ ਕੇ ਉਹਨਾਂ ਨੂੰ ਬਿਠਾ ਲਿਆ ਅਤੇ ਇੱਥੇ ਗੱਡੀ ਥੱਲੇ ਵੀ ਆ ਸਕਦੇ ਸੀ ਕਿ ਹੈਪਨ ਵੀ ਹੋ ਸਕਦਾ ਜੀ ਕੁਛ ਵੀ ਹੋ ਸਕਦਾ ਸੀ ਅਸੀਂ ਤਾਂ ਇੱਕੋ ਪ੍ਰਸ਼ਾਸਨ ਤੋਂ ਵਾਰ ਵਾਰ ਵੀ ਮੰਗ ਇੱਕੋ ਹੀ ਕਰਦੇ ਕੋਈ ਸਾਡੀ ਕੋਈ ਆਪਣਾ ਅਸੀਂ ਕੋਈ ਨਿੱਜੀ ਕੰਮ ਨਹੀਂ ਮੰਗਦੇ ਹੈਗੇ ਕਿ ਅਸੀਂ ਕਹਿੰਦੇ ਵੀ ਇੱਕ ਵਾਰੀ ਇਹਨੂੰ ਸਾਰੀ ਸਾਫ਼ ਹੋ ਜਾਵੇ ਚੀਜ਼ ਇਹ ਕੀ ਚਾਰ ਘਰ ਵਾ ਜੀ ਇਹ ਜਿਹੜੇ 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 ਨਸ਼ਾ ਵੇਚਦੇ ਆ ਇੱਕ ਔੜ ਦੇ ਵਿੱਚ ਵਾ ਅਤੇ ਚਾਰ ਘਰ ਇੱਧਰ ਵਾ ਅਤੇ ਪਿੰਡ ਵਾਸੀਆਂ ਨੂੰ ਵੀ ਅਸੀਂ ਅਪੀਲ ਕਰਦੇ ਵੀ ਚਾਰ ਘਰ ਹੈ ਕੁਛ ਵੀ ਨਹੀਂ ਹੈ ਕਿ ਜੇ ਪਿੰਡ ਦੋਨਾਂ ਪਿੰਡਾਂ ਦੀ ਆਬਾਦੀ ਦੇਖੀ ਜਾਵੇ 12,000 ਪਿੰਡ ਦੀ ਆਬਾਦੀ ਹੋਣੀ ਦੋਨਾਂ ਪਿੰਡਾਂ ਦੀ ਅਤੇ ਇੱਕ ਚਾਰ ਘਰ ਨਹੀਂ ਦੇਖ ਹੁੰਦੇ ਗੇ ਅਤੇ ਪ੍ਰਸ਼ਾਸਨ ਇੰਨਾ ਆ SSP ਆ DSP ਆ SPD ਆ ਅਤੇ ਇੱਕ ਇਹ ਚਾਰ ਪੰਜ ਘਰ ਸੂਤ ਨਹੀਂ ਆਉਂਦੇ ਗੇ ਕਿਸੇ ਤੋਂ ਨਹੀਂ ਆਉਂਦੇ ਗੇ ਸੂਤ ਪ੍ਰਸ਼ਾਸਨ ਐਡਾ ਸਾਰਾ ਅਮਲਾ ਹੀ ਫੇਲ ਆ ਜੀ ਇੱਥੇ ਤਾਂ ਕਾਰਨ
ਕਾਰਨ ਹੁਣ ਹਾਂਜੀ ਬੰਦੇ ਮਿਲੇ ਹੋਏ ਨੇ, ਪੁਲਿਸ ਬਿਲਕੁਲ ਜੀ ਮਿਲੇ ਹੋਏ ਆ ਥੱਲੜੇ ਲੈਵਲ ਤੇ। ਦੇਖੋ ਜੀ ਮੈਂ ਇੱਕ ਗੱਲ ਆ, ਚਲੋ ਸਾਡੇ ਵੀ ਤਾਂ ਯਾਰ ਦੋਸਤ ਵੀ ਆ, ਜੇ ਥੱਲੜੇ ਅਫਸਰ ਜਿਹੜੇ ਕੋਈ SHO ਆ ASI ਵਗੈਰਾ ਕੰਮ ਕਰਨਾ ਚਾਹੁੰਦੇ ਆ, ਉਹ ਕਹਿੰਦੇ ਯਾਰ ਉੱਪਰਲੇ ਅਫਸਰ ਸਾਡੇ ਪੈਰ ਨਹੀਂ ਲਾਉਂਦੇ, ਪਰ ਉਹ ਸਾਨੂੰ ਸਾਫ਼ ਕਹਿ ਦਿੰਦੇ ਆ, ਕਹਿੰਦੇ ਵੀ ਅਸੀਂ ਕਿੱਧਰ ਜਾਈਏ ਵੀ ਸਾਡੇ ਥੱਲੜੇ ਜਦੋਂ ਕੋਈ ਇਹ ਹਾਈ ਕੋਰਟ ਰਿੱਟ ਕਰਦੇ ਆ ਵੀ ਸਾਡੇ ਮਗਰ ਹੀ ਨਹੀਂ ਕੋਈ ਖੜ੍ਹਦਾ, ਕੋਈ ਰਿਟਾਇਰਮੈਂਟ 'ਤੇ ਕੋਈ ਕੁਛ। ਅਸੀਂ ਤਾਂ ਇਹ ਵੀ ਕਹਿੰਦੇ ਹਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀ ਕਹਿੰਦੇ ਹਾਂ, ਅਫਸਰਾਂ ਨੂੰ ਵੀ ਕਹਿੰਦੇ ਹਾਂ ਵੀ ਘੱਟੋ ਘੱਟ ਆਪਣੇ ਛੋਟੇ ਅਫਸਰਾਂ ਨਾਲ ਹੀ ਖੜ੍ਹ ਜਾਓ, ਉਹਨਾਂ ਦਾ ਸਾਥ ਦੇ ਦਿਉ, ਜੇ ਉਹ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਫਰੀ ਹੈਂਡ ਦਿਓ ਤਾਂ ਸਹੀ, ਕੀ ਨਹੀਂ ਹੋ ਸਕਦਾ। ਪਰ ਉੱਪਰਲਾ ਅਧਿਕਾਰੀ ਨਹੀਂ ਚਾਹੁੰਦੇ ਜੀ ਹੈਗੇ ਵੀ ਇਹ ਸਰਕਾਰ ਚਾਹੁੰਦੇ ਆ। ਹਾਂਜੀ ਸਰਕਾਰ ਚਾਹੁੰਦੇ ਕਿ ਨਹੀਂ ਸਰਕਾਰ ਨੂੰ ਜੀ, ਸਰਕਾਰ ਕਿਹੜਾ ਆਪ ਵੇਚਦੀ ਆ, ਜਾਂ ਭਗਵੰਤ ਮਾਨ ਵੇਚਦਾ ਜਾਂ ਕੋਈ ਹਲਕਾ ਇੰਚਾਰਜ ਵੇਚਦਾ। ਸਰਕਾਰ ਚਾਹੁੰਦੇ ਕਿ ਨਹੀਂ ਕਿ ਨਸ਼ਾ ਖਤਮ ਹੋਵੇ, ਮੈਂ ਪੁੱਛ ਰਿਹਾ। ਨਹੀਂ ਸਰ, ਸਰਕਾਰ ਚਾਹੁੰਦੀ ਆ ਪਰ ਸਰਕਾਰ ਨੂੰ ਇਹੀ ਕੰਟਰੋਲ ਹੀ ਨਹੀਂ ਹੋ ਰਿਹਾ, ਪ੍ਰਸ਼ਾਸਨ ਨਹੀਂ ਕੰਟਰੋਲ ਹੋ ਰਿਹਾ, ਸਾਨੂੰ ਸਮਝ ਸਾਡੀ ਤੋਂ ਬਾਹਰ ਆ ਜੀ। ਕੀ ਕੰਮ ਕਮੇਟੀ ਬਣਾਉਣ ਦਾ ਮਤਲਬ ਕੀ ਸੀਗਾ, ਉਦੇਸ਼ ਤੁਹਾਡਾ ਕੀ ਸੀਗਾ ਜੀ? ਹਾਂਜੀ ਡਰੱਗ ਕਮੇਟੀ ਜਦ ਬਣਾਇਆ ਗਿਆ ਕੀ ਉਦੇਸ਼ ਸੀਗਾ ਤੁਹਾਡਾ? ਬਸ ਇਹੀ ਸੀਗਾ ਵੀ ਅਸੀਂ ਇੱਥੋਂ ਇਹ ਸਾਫ਼ ਕਰੀਏ ਇਹਨਾਂ ਨੂੰ। ਹੋਇਆ ਸਾਫ਼ ਕਿੱਥੇ ਜੀ, ਉਹਨਾਂ ਜ਼ਿਆਦਾ ਹੋ ਗਿਆ ਹੈ। ਕਿੰਨੇ ਸਮੇਂ ਹੋ ਗਿਆ? ਡੇਢ ਸਾਲ ਹੋ ਗਿਆ। ਡੇਢ ਸਾਲ ਹੋ ਗਿਆ, ਕੋਈ ਸਫਾਈ ਨਹੀਂ ਹੋਈ, ਕੁਛ ਨਹੀਂ ਸਫਾਈ ਹੁੰਦੀ। ਜੇ ਅਸੀਂ ਕੁਛ ਕਰਦੇ ਹਾਂ ਮਤਲਬ ਉਲਟਾ ਫਿਰ ਸਾਨੂੰ ਸੱਦ ਲੈਂਦੇ ਆ, ਤੁਸੀਂ ਮਤਲਬ ਆਹ ਕਾਰਵਾਈ ਨਾ ਕਰੋ ਅਤੇ ਸਾਨੂੰ ਵੀਡੀਓ ਭੇਜੋ। ਜੇ ਅਸੀਂ ਵੀਡੀਓ ਬਣਾ ਕੇ ਭੇਜਦੇ, ਇੱਦਾਂ ਨਹੀਂ ਸੀ ਬਣਾਉਣੀ, ਇੱਦਾਂ ਬਣਾ ਕੇ ਭੇਜਦੇ ਅਤੇ ਮਤਲਬ ਰੋੜਾ ਹੀ ਬਣੀ ਜਾਂਦਾ ਹਰੇਕ ਕੋਈ ਚੀਜ਼ ਦਾ ਵੀ ਸਾਡੇ ਪੈਰਾਂ ਦੇ ਵਿੱਚ ਸੂਲਾ ਹੀ ਬਣ ਗਈ। ਇੱਕ ਕਹਿੰਦੇ ਹੁੰਦੇ ਕੰਡੇ ਦਾ ਸੂਲਾ ਹੀ ਬਣ ਗਈਆਂ ਪੈਰਾਂ 'ਚ। ਮੰਗ ਕੀ ਹੈ ਸਰਕਾਰ ਤੋਂ, ਪ੍ਰਸ਼ਾਸਨ ਤੋਂ? ਸਰਕਾਰ ਤੋਂ ਜੀ, ਪ੍ਰਸ਼ਾਸਨ ਤੋਂ ਇਹੀ ਮੰਗ ਆ ਬਈ ਇਹਨਾਂ ਨੂੰ ਨੱਥ ਪਾ ਲਓ, ਵੀ ਮੁੰਡੇ ਮਰੀ ਜਾਂਦੇ ਆ। ਦੂਜਾ, ਜਿਹੜੇ ਇਹ ਮੁੰਡੇ ਪੀਂਦੇ ਆ, ਇਹ ਘਰਾਂ ਦੇ ਵਿੱਚ ਚੋਰੀਆਂ ਕਰਦੇ ਆ, ਡਾਕੇ ਮਾਰਦੇ ਆ, ਉਹਦੇ ਵਿੱਚ ਆਮ ਜਨਤਾ ਦਾ ਕੀ ਕਸੂਰ ਆ? ਇੱਥੇ ਦੁਕਾਨਾਂ ਫੁੱਟਦੀਆਂ ਆ, ਮਾਰਕੀਟ ਦੇ ਵਿੱਚ ਚੋਰੀਆਂ ਹੁੰਦੀਆਂ ਆ, ਉਹਦੇ ਵਿੱਚ ਆਮ ਪਬਲਿਕ ਦਾ ਕੀ ਕਸੂਰ ਆ? ਅਤੇ ਇਹਨੂੰ ਜਲਦ ਤੋਂ ਜਲਦ ਜਿੰਨਾ ਵੀ ਹੋਵੇ ਇਹਨੂੰ ਨੱਥ ਪਾਵੇ ਇਹਨੂੰ।